ਗੱਲ ਸਭ ਤੋਂ ਪਹਿਲਾਂ ਆਪਾਂ ਅੱਜ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰਨ ਜਾ ਰਹੇ ਹਾਂ। ਸਵਾਲ ਉਹਨਾਂ ਸਟੂਡੈਂਟਸ ਦਾ ਬਹੁਤ ਜ਼ਿਆਦਾ ਬਣਿਆ ਹੋਇਆ ਹੈ ਜਿਨ੍ਹਾਂ ਨੇ ਆਪਣੀ ਫਾਈਲ ਤਾਂ ਲਗਾਈ ਹੋਈ ਹੈ ਪਰ ਹਲੇ ਤੱਕ ਕੋਈ ਰਿਜ਼ਲਟ ਨਹੀਂ ਆਇਆ, ਵੇਟ ਕਰ ਰਹੇ ਨੇ। ਸੋ ਉਹ ਕੀ ਕਰਨ ਕਿਉਂਕਿ ਨਵੰਬਰ ਵਿੱਚ ਹੀ ਸਟੂਡੈਂਟਸ ਦਾ ਕਹਿਣਾ ਕਿ ਉਹਨਾਂ ਦੀ ਕਲਾਸਿਸ ਵੀ ਸ਼ੁਰੂ ਹੋਣੀਆਂ ਨੇ, ਕਿੰਨਾ ਟਾਈਮ ਵੇਟ ਕਰਨ, ਉਸ ਤੋਂ ਬਾਅਦ ਉਹਨਾਂ ਨੂੰ ਕੀ ਕਰਨਾ ਚਾਹੀਦਾ। ਸੋ ਇਸੇ ਦੇ ਲਈ ਅੱਜ ਤੁਹਾਨੂੰ ਰਾਈਟ ਗਾਈਡੈਂਸ ਮਿਲਣ ਵਾਲੀ ਹੈ ਇਸ ਵੀਡੀਓ ਦੇ ਜ਼ਰੀਏ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਕਈ ਖਾਸ ਗੱਲਾਂ ਆਸਟ੍ਰੇਲੀਆ ਸਟੱਡੀ ਵੀਜ਼ਾ ਨੂੰ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਨੇ। ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ ਸਾਰਿਆਂ ਨੂੰ। ਸੋ ਮੈਮ ਦਾ ਤਕਰੀਬਨ 26-27 ਸਾਲਾਂ ਦਾ ਐਕਸਪੀਰੀਅੰਸ ਹੈ ਔਰ ਮੈਮ ਅਗਰ ਮੈਂ ਗੱਲ ਕਰਾਂ ਜਿਸ ਤਰ੍ਹਾਂ ਦੀ ਸਟੂਡੈਂਟਸ ਦੇ ਹੁਣ ਸਵਾਲ ਆਏ ਹੋਏ ਨੇ, ਤੁਹਾਡੇ ਕੋਲ ਤਾਂ ਅਕਸਰ ਹਰ ਇਨਟੇਕ ਨਾਲ ਜੁੜੇ ਇਸ ਤਰ੍ਹਾਂ ਦੇ ਕਈ ਸਵਾਲ ਆਉਂਦੇ ਹੋਣੇ, ਸੋ ਇਸ ਟਾਈਮ ਤੁਸੀਂ ਸਟੂਡੈਂਟਸ ਨੂੰ ਉਹਨਾਂ ਸਟੂਡੈਂਟਸ ਨੂੰ ਖਾਸ ਤੌਰ 'ਤੇ ਕੀ ਸੁਜੈਸਟ ਕਰਨਾ ਚਾਹੋਗੇ ਜਿਨ੍ਹਾਂ ਨੇ ਨਵੰਬਰ ਇਨਟੇਕ ਲਈ ਫਾਈਲ ਲਗਾਈ ਹੋਈ ਹੈ, ਰਿਜ਼ਲਟ ਹਲੇ ਕੋਈ ਨਹੀਂ ਆਇਆ, ਟਾਈਮ ਵੀ ਕਾਫੀ ਪੈ ਚੁੱਕਿਆ, ਉਹਨਾਂ ਨੂੰ ਹੁਣ ਇਸ ਟਾਈਮ 'ਤੇ ਕੀ ਡਿਸੀਜ਼ਨ ਲੈਣਾ ਚਾਹੀਦਾ? ਦੇਖੋ, ਜਿਨ੍ਹਾਂ ਦੀ ਫਾਈਲਾਂ ਲੱਗ ਗਈਆਂ ਉਹ ਕੋਈ ਡਿਸੀਜ਼ਨ ਨਹੀਂ ਲੈ ਸਕਦੇ, ਉਹ ਅੰਬੈਸੀ ਵਿੱਚ ਹੈ ਜੀ। ਜਾਂ ਤਾਂ ਵਿਦਡਰਾਅ ਕਰ ਸਕਦੇ ਆ, ਵਿਦਡਰਾਅ ਕਰਨ ਦੇ ਬਾਅਦ ਪ੍ਰੋਬਲਮ ਕੀ ਹੁੰਦੀ ਹੈ, ਯੂਨੀਵਰਸਿਟੀ ਫੀਸ ਨਹੀਂ ਵਾਪਸ ਦੇਗੀ ਅੰਟਿਲ ਆਰ ਅਨਲੈਸ ਕੋਈ ਇੱਦਾਂ ਦਾ ਮਜਬੂਰੀ ਹੋਏ, ਕੋਈ ਜੈਨੂਨ ਰੀਜ਼ਨ ਯੂਨੀਵਰਸਿਟੀ ਨੂੰ ਨਜ਼ਰ ਆਏ, ਦੇ ਵਿਲ ਨਾਟ ਰਿਫੰਡ ਯੋਰ ਫੀ। ਤਾਂ ਯੂ ਹੈਵ ਟੂ ਵੇਟ, ਤੁਸੀਂ ਵੇਟ ਹੀ ਕਰਨੀ ਹੈ, ਹੈਵ ਪੇਸ਼ੈਂਸ, ਪੇਸ਼ੈਂਸ ਰੱਖੋ ਐਂਡ ਆਲ ਦਾ ਬੈਸਟ। ਬਟ ਇਹ ਮੇਰੇ ਤੋਂ ਤੁਸੀਂ ਲਿਖਵਾ ਕੇ ਲੈ ਲਓ, ਜਿਹੜੇ ਬੱਚੇ ਫਾਈਲਾਂ ਹੁਣ ਲਾ ਰਹੇ ਆ ਜਨਵਰੀ ਦੇ ਰਿਜ਼ਲਟ ਬਹੁਤ ਅੱਛੇ ਆਉਣਗੇ। ਠੀਕ ਹੈ, ਬਿਲਕੁਲ ਮੈਮ। ਐਕਚੁਲੀ ਕੁਝ ਸਟੂਡੈਂਟ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਤਕਰੀਬਨ 45 ਦਿਨ ਹੋ ਚੁੱਕੇ ਵੇਟ ਕਰ ਰਹੇ ਹਾਂ, ਉਹਨਾਂ ਦਾ ਕਹਿਣਾ ਕਿ ਕੀ ਅਸੀਂ ਡੈਫਰ ਕਰਵਾ ਲਈਏ ਆਪਣਾ ਕੇਸ ਅਗਲੇ ਇਨਟੇਕ ਲਈ ਕਰਵਾ ਲਈ? ਨਹੀਂ ਹਰਜੋਤ, ਮੈਂ ਤੁਹਾਡੇ ਕੁਐਸਚਨ ਕੰਪਲੀਟ ਕਰਨ ਤੋਂ ਪਹਿਲੇ ਹੀ ਗੱਲ ਕਰ ਰਹੀ ਹਾਂ ਕਿ ਜਦ ਅੰਬੈਸੀ ਨੇ ਵੀਜ਼ਾ ਦੇਣਾ ਹੁੰਦਾ ਅਪਰੂਵਲ, ਉਹ ਅੱਗੇ ਪਿੱਛੇ ਕਰ ਦਿੰਦੇ ਆ, ਡਜ਼ਨਟ ਮੈਟਰ, ਯੂਨੀਵਰਸਿਟੀ ਫਿਰ ਆਪ ਡੈਫਰ ਕਰ ਦਿੰਦੀ ਆ। ਤੁਸੀਂ ਕਰਾਉਣਾ ਪਹਿਲੇ ਕਰਾ ਸਕਦੇ ਹੋ। ਜੇ ਰਿਜ਼ਲਟ ਮੰਨ ਲਓ ਤੁਹਾਡਾ ਵੀਜ਼ਾ ਇਨਟੇਕ ਸ਼ੁਰੂ ਹੁੰਦੇ 2 ਦਿਨ ਪਹਿਲਾਂ ਵੀ ਆਇਆ ਤਾਂ ਯੂ ਕੈਨ ਫਲਾਈ, ਰਾਈਟ? ਇਨਟੇਕ ਨਿਕਲ ਗਿਆ ਫਿਰ ਵੀ ਜਿਹੜਾ ਯੂਨੀਵਰਸਿਟੀਆਂ 5-7-10 ਦਿਨ ਦੀ ਐਕਸਟੈਂਸ਼ਨ ਦੇ ਦਿੰਦੀਆਂ, ਅਤੇ ਹਜੇ ਤਾਂ ਉਹ ਸੋਚਣ ਦਾ ਕੋਈ ਫਾਇਦਾ ਹੀ ਨਹੀਂ ਆ। ਤੁਸੀਂ ਜਿਹੜਾ ਧਿਆਨ ਦਿਓ ਕਿ ਤੁਹਾਡਾ ਜੇ ਪ੍ਰੋਫਾਈਲ ਠੀਕ ਹੈ, ਵੀਜ਼ਾ ਆਏਗਾ, ਉਹ ਨਹੀਂ ਆਇਆ ਦੈਨ ਵੀ ਆਰ ਹੇਅਰ, ਵੀ ਵਿਲ ਹੈਲਪ ਯੂ, ਠੀਕ ਹੈ। ਲੇਕਿਨ ਜੈਨ ਦਾ ਜਿਹੜੇ ਬੱਚਿਆਂ ਨੇ ਨਹੀਂ ਅਪਲਾਈ ਕੀਤਾ, ਅਪਲਾਈ ਕਰਨਾ ਚਾਹੁੰਦੇ, ਪ੍ਰੋਫਾਈਲ ਅੱਛਾ, 23 ਪਾਸ ਆਊਟ ਹੈ, ਉਹ ਕੋਈ ਵੀ ਬੱਚਾ ਸਾਡੇ ਨਾਲ ਕੰਟੈਕਟ ਕਰੇ, ਵੀਜ਼ਾ ਉਹਨਾਂ ਦਾ ਅਸੀਂ ਲਿਆ ਕੇ ਦੇਵਾਂਗੇ, ਔਰ ਉਹ ਵੀ 0% ਲਾਸ 'ਤੇ, ਕੋਈ ਲਾਸ ਨਹੀਂ ਹੋਣ ਦੇਵਾਂਗੇ ਕਿਸੇ ਵੀ ਕਿਸਮ ਦਾ। ਜੀ 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 ਬਿਲਕੁਲ। ਸੋ ਮੈਨੂੰ ਪੂਰੀ ਉਮੀਦ ਹੈ ਸਟੂਡੈਂਟਸ ਦਾ ਜਿਹੜਾ ਇੱਕ ਡਾਊਟ ਸੀ ਉਹ ਜਿਨ੍ਹਾਂ ਨੇ ਫਾਈਲ ਲਗਾਈ ਹੈ ਉਹਨਾਂ ਨੂੰ ਕਲੈਰਿਟੀ ਜ਼ਰੂਰ ਮਿਲ ਚੁੱਕੀ ਹੈ। ਸੋ ਚਲੋ ਮੈਮ, ਅੱਗੋਂ ਆਪਾਂ ਉਹਨਾਂ ਬੱਚਿਆਂ ਦੀ ਗੱਲ ਕਰ ਲਈ, ਉਹਨਾਂ ਸਟੂਡੈਂਟਸ ਦੀ ਗੱਲ ਕਰੀਏ ਜਿਨ੍ਹਾਂ ਨੇ ਹੁਣ ਅੱਗੋਂ ਫੈਬ ਇਨਟੇਕ ਲਈ ਅਪਲਾਈ ਕਰਨਾ ਹੈ ਹਲੇ। ਸੋ ਉਹਨਾਂ ਲਈ ਪਹਿਲਾਂ ਵੀ ਆਪਾਂ ਕਈ ਲਗਾਤਾਰ ਵੀਡੀਓਸ ਇਸੇ ਲਈ ਬਣਾ ਰਹੇ ਹਾਂ ਤਾਂ ਕਿ ਸਟੂਡੈਂਟ ਟੋਟਲੀ ਅਵੇਅਰ ਹੋ ਸਕਣ ਔਰ ਕਿਤੇ ਵੀ ਕੋਈ ਗਲਤੀ ਨਾ ਕਰਨ ਆਪਣੇ ਪ੍ਰੋਸੈਸ ਦੇ ਵਿੱਚ। ਸੋ ਇੱਥੇ ਸਟੂਡੈਂਟਸ ਲਈ ਸਮਝਣ ਵਾਲੀ ਸਭ ਤੋਂ ਵੱਡੀ ਗੱਲ ਕੀ ਮੰਨੀਏ, ਜਦੋਂ ਆਪਾਂ ਗੱਲ ਆਸਟ੍ਰੇਲੀਆ ਸਟੱਡੀ ਵੀਜ਼ਾ ਦੀ ਕਰਦੇ ਹਾਂ ਅਤੇ ਨਾਲ ਦੀ ਨਾਲ ਫੈਬ ਇਨਟੇਕ 'ਤੇ ਫੋਕਸ ਕਰਦੇ ਹੋਏ, ਤੁਸੀਂ ਮੈਮ ਸਟੂਡੈਂਟਸ ਨੂੰ ਕੀ ਗਾਈਡ ਕਰਨਾ ਚਾਹੋਗੇ ਇੱਥੇ? ਹਰਜੋਤ, ਗਾਈਡੈਂਸ ਬੱਚੇ ਨੂੰ, ਅੱਜ ਕੱਲ੍ਹ ਬੱਚਾ ਜਿਹੜਾ ਬਹੁਤ ਜਿਹਨੂੰ ਕਹਿੰਦੇ ਆ ਮਿਸਗਾਈਡਿਡ ਹੈ, ਸੋਸ਼ਲ ਮੀਡੀਆ ਦਾ ਇਨਫਲੂਐਂਸ ਇੰਨਾ ਜ਼ਿਆਦਾ, ਜਿਹੜੇ ਗਲਤ ਬੋਲ ਰਹੇ ਆ ਉਹਨਾਂ ਦਾ ਵੀ ਇਨਫਲੂਐਂਸ ਹੈ, ਰਾਈਟ? ਜਿਹੜੇ ਸਹੀ ਬੋਲ ਰਹੇ ਆ, ਠੀਕ ਆ, ਅੱਜ ਮੇਰਾ 25 ਸਾਲ ਤੋਂ ਉੱਪਰ ਦਾ ਐਕਸਪੀਰੀਅੰਸ ਹੈ, 2 ਤਾਂ ਕੇ ਮੈਂ ਇਹਨਾਂ ਦੇ ਨਾਲ ਬੱਚਿਆਂ ਨਾਲ ਕੱਢੇ ਆ, ਐਂਡ ਆਈ ਯੂਜ਼ ਟੂ ਇੰਜੋਏ ਵਿਦ ਦਾ ਸਟੂਡੈਂਟਸ, ਰਾਈਟ? ਇਹਨਾਂ ਨੇ ਜਿਹੜਾ ਇਹਨਾਂ ਦਾ ਪ੍ਰੋਫਾਈਲ ਕੀ ਆ, ਅੱਜ ਮੈਂ ਤੁਹਾਨੂੰ ਇੱਕ ਇਗਜ਼ਾਮਪਲ ਦਿੰਦੀ ਹਾਂ। ਇੱਕ ਬੱਚੇ ਨੇ ਐਨਰੋਲ ਕੀਤਾ ਸਾਡੇ ਨਾਲ, ਜਦ ਉਹਨੇ ਸ਼ੋਅ ਦੇਖਿਆ ਉਹਦੇ ਬਾਅਦ ਆਇਆ ਯੂਨੀਵਰਸਿਟੀ ਆਫ ਤਸਮੇਨੀਆ ਦਾ ਕਰਨਾ, ਰਾਈਟ? ਮੇਰੀ ਕਿਸੇ ਏਜੰਸੀ ਕੋਲ ਫਾਈਲ ਚੱਲ ਰਹੀ, ਰਿਜ਼ਲਟ ਨਹੀਂ ਆ ਰਿਹਾ। ਅਸੀਂ ਕਿਹਾ ਉਹ ਕੋਈ ਗੱਲ ਨਹੀਂ, ਅਸੀਂ ਕਰਾ ਦਾਂਗੇ। ਜਦ ਫਾਈਲ ਆ ਗਈ ਤਾਂ ਕਹਿੰਦੇ ਰਿਜੈਕਸ਼ਨ ਹੋਈ ਹੋਈ ਆ, ਉਹ ਯੂਨੀਵਰਸਿਟੀ ਆਫ ਤਸਮੇਨੀਆ 'ਚ ਹੀ ਜਾਣਾ। ਮੈਂ ਕਿਹਾ ਤੁਹਾਨੂੰ ਅਸੀਂ ਉਸ ਤੋਂ ਵੀ ਵਧੀਆ ਆਪਸ਼ਨ ਦੇ ਦਾਂਗੇ, ਬਟ ਜਿਹੜੀ ਯੂਨੀਵਰਸਿਟੀ ਰਿਜੈਕਸ਼ਨ ਕਰ ਦਿੰਦੀ ਹੈ ਚਾਂਸਿਸ ਬਹੁਤ ਘੱਟ ਹੁੰਦੇ ਆ, ਤੁਸੀਂ ਪਿੱਛੇ ਨਾ ਪਓ। ਅੱਜ ਦੇ ਦਿਨ ਕਿਹਾ ਆਸਟ੍ਰੇਲੀਆ ਦੇ ਵਿੱਚ ਤੁਸੀਂ ਜਿਹੜੀ ਯੂਨੀਵਰਸਿਟੀ ਤੁਹਾਨੂੰ ਲੈ ਰਹੀ ਹੈ, ਅੱਧੇ ਤੋਂ ਜ਼ਿਆਦਾ ਯੂਨੀਵਰਸਿਟੀਆਂ ਪੰਜਾਬ, ਹਰਿਆਣਾ, ਗੁਜਰਾਤ ਨੂੰ ਨਹੀਂ ਲੈ ਰਹੇ। ਕੁਛ ਯੂਨੀਵਰਸਿਟੀਆਂ ਆਪਣੇ ਕੋਲ ਬਚੀ ਹੈ ਜਿਹੜੀ ਉਹ ਸਟੇਟ ਬੋਰਡ ਲੈ ਰਹੀ ਹੈ, ਹੈ ਨਾ? ਤੁਸੀਂ ਇਹ ਦੇਖੋ, ਡਿਕਨ ਯੂਨੀਵਰਸਿਟੀ ਨੇ ਚੰਗੇ ਚੰਗੇ ਪ੍ਰੋਫਾਈਲ, ਇੰਜੀਨੀਅਰਸ ਦੇ ਪ੍ਰੋਫਾਈਲ, ਸਦ ਬੈਂਡ ਵਾਲਿਆਂ ਦੇ ਪ੍ਰੋਫਾਈਲ ਉਡਾ ਤੇ। ਮੈਂ ਤੁਹਾਨੂੰ ਇਗਜ਼ਾਮਪਲ ਦਿੱਤਾ ਸੀ, ਲਾਸਟ ਈਅਰ ਦੀ ਬੱਚੇ ਦੀ ਇਨਕਮ ITR 2.5 ਲੱਖ ਦੀ ਸੀ, ਅਰਕੀ 5 ਲੱਖ ਤੋਂ ਉੱਪਰ ਸੀਗੀ ਪੇਰੈਂਟਸ ਦੀ, ਲਿਕ ਮਤਲਬ ਇੱਕ ਫਾਦਰ ਦੀ ਓਨਲੀ ਆਈ ਐਮ ਟਾਕਿੰਗ ਅਬਾਊਟ। ਉਹ 2.5 ਲੱਖ ਦੀ ਜਿਹੜੀ ਲਾਸਟ ਈਅਰ ਦੀ ITR ਦੇਖ ਕੇ ਪਹਿਲੇ ਆਫਰ ਲੈਟਰ ਇਸ਼ੂ ਕਰਤਾ, ਉਹਦੇ ਬਾਅਦ ਉਹਨਾਂ ਨੇ ਰਿਜੈਕਸ਼ਨ ਕਰਤੀ।
यूनिवर्सिटियाँ इन्नी स्ट्रिक्ट है कि तुहानू आस्ट्रेलिया ही जाना है, जब तुहाडा फोकस ओनली आस्ट्रेलिया है, जिहड़ी यूनिवर्सिटी मिलती है वह लै लो, डोंट बी चूजर, है ना, जिहड़ी मिलती है फिर तुसी एरिया वाइज आ जाओ। कुछ एरिया इन्ने ब्यूटीफुल एरिया वेस्टर्न आस्ट्रेलिया, तुहानू 100% जिहड़ा जॉब चांसिस बहुत अच्छे है, जिधर बच्चे नूं जिहड़ा पोस्ट स्टडी वर्क परमिट है 40 आवर्स फोर्टनाइटली, उहदे विच बहुत अच्छी पे स्केल मिल रही है। तुसी एक क्वींसलैंड च आ जाओ, वैदर बहुत अच्छा है। तुसी एक पर्टिकुलर जगह दे पिछे ना पाओ कि मेरा उधर ब्रदर रह रहा, मेरी सिस्टर रह रही है। रियल ब्रदर सिस्टर अपन समझते हैं कि कंसर्न हो सकता है उन्होंने वास्ते भी, जो उन्हों का प्रोफाइल बाई चांस यूनिवर्सिटी नहीं पिक कर रही पर्टिकुलर जगह पर, तुसी इन्ना ओपन हो जाओ कि तुहानू जिहड़ा है वो चांस मिल सके। जो तुहाडा मकसद है कि मैनू जिहड़ी है अब्रॉड स्टडीज़ लैनी है, अब्रॉड दे विच तुसी चूज़ किया आस्ट्रेलिया, फिर तुसी चूज़ किया पर्टिकुलर एरिया, बाई चांस वो पर्टिकुलर एरिया नहीं लैंदा, तुसी दूजे एरिया च चल जाओ। ये तो एक एग्जाम्पल हो गई ना, तुसी चंडीगढ़ बाई चांस नहीं आ सके तो लुधियाने चले गए, ठीक है ना, और या फिर तुसी नियर बाई कोई होर सिटी चले गए, तो तुसी चूज़ी ना बनो। मेरी तुहानू यही एडवाइस है, डोंट बी चूज़ी, एंड इफ यू वॉन्ट टू बी सक्सैसफुल, जिहड़ी यूनिवर्सिटी लै रही है इमीडिएट फाइल लगवाओ, जैन दे वीज़ा दे रिजल्ट तुसी देखोगे, यू विल बी हैप्पी। तुसी ये देखो शुरू च वीज़ा देंगे, उदे बाद रिजेक्शन्स भी आनगे, तो जिहड़ा ये जैन दा टाइम रहेगा, ये बहुत क्रूशियल टाइम है, जिहड़े स्टूडेंट्स बिना क्वेश्चन किते तुसी फाइलां अप्लाई करनी शुरू करो। जी ठीक है, मैनू उम्मीद है स्टूडेंट्स नू पूरा सही प्रोसेस जो है बिल्कुल क्लीयर हो चुके हैं, जिन्होंने फाइल लगाई हुई है उन्होंने सही डिसीजन की होना चाहिए है, वो भी आज दी वीडियो के जरिए मैम दी गाइडेंस के नाल तुहानू मिल चुकी है। सो उम्मीद करते हैं कि जिन्हें भी स्टूडेंट्स जिस उम्मीद ना साड़ी वीडियोज़ के नाल जुड़ते हैं, तो असं भी उन्होंने उम्मीद पर खरे उतरते हुए उन्होंने तक सही राह जरूर दिखा पाने। सो कोई भी सवाल तुहाडा होर होवे, डाउट है तुहाडा, तो जरूर तुसी नैविगेटर्स ओवरसीज का जिहड़ा नंबर डिस्प्ले है स्क्रीन पर, इस उपर कॉल करके भी होर जानकारी जरूर सकते हो। मैम नूं खुद मिलना चाहते हो, अपने डॉक्यूमेंट्स की असैसमेंट करवा के सही रस्ता चुनना चाहते हो, तो तुसीं जरूर विजिट करो नैविगेटर्स ओवरसीज के ऑफिस, अपने डॉक्यूमेंट जरूर लेके आओ, हर एक गल डिस्कस करते हुए जो है तुसीं अपने फ्यूचर के लिए सही डिसीजन ले सकते हो मैम की गाइडेंस के नाल। सो बहुत बहुत थैंक्स मैम कि तुसीं स्टूडेंट का बहुत वड्डा जिहड़ा डाउट है उसनूं अज क्लैरिटी दी इस वीडियो के नाल, अगों लई भी उन्हां नूं सोचन समझन दे लई कि दिशा वल वधना चाहिए उसनूं लैके भी चीज़ा काफ़ी समझाइयां ने, तो अगों भी असीं स्टूडेंट्स लई होर इनफॉर्मेटिव वीडियोज़ लैके आते रहेंगे। फिलहाल ही सानू दिओ जी इजाजत, थैंक यू सो मच। थैंक यू।